ਵਿਰੋਧੀ ਚਿੱਕ ਚਿੱਕ ਕਰਦੇ ਨੇ ਵਿਰੋਧੀ ਧਿਰ ਹਰੇਕ ਇਸ਼ੂ ਤੇ, ਅੱਜ ਮੈਂ ਜਵਾਬ ਦਊਂਗਾ। ਹੋਰ ਤਮਾਮ ਇਲਜ਼ਾਮ ਸੀਗੇ ਤਾਂ ਅੱਜ ਇੱਕ ਤਾਂ ਅਕਾਲੀ ਦਲ ਡਿਬੇਟ ਦਾ ਹਿੱਸਾ ਕਿਆ ਬਣ ਜਾ ਰਿਹਾ ਜਾਂ ਨਹੀਂ ਬਣੇਗਾ? ਨਹੀਂ ਬਣ ਰਿਹਾ ਤਾਂ ਕਿਉਂ? ਕਿਉਂਕਿ ਤਮਾਮ ਅਸੀਂ ਯੂਨੀਅਨਾਂ ਹੈ, ਇਹੋ ਜਿਹੇ ਫਰੰਟ ਹੈ ਜਿਹਨਾਂ ਨੂੰ ਨਜ਼ਰਬੰਦ ਕੀਤਾ ਗਿਆ, ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਕਰਮੀ ਉੱਥੇ ਤੈਨਾਤ ਹੈ, ਛਾਵਣੀ 'ਚ ਤਬਦੀਲ ਕੀਤਾ ਗਿਆ ਲੁਧਿਆਣੇ। ਦੇਖੋ ਮੈਂ ਕਹਿਣਾ ਚਾਹੁੰਦਾ ਕਿ ਅੱਜ ਦੀ ਜਿਹੜੀ ਇਹ ਅਖੌਤੀ ਡਿਬੇਟ ਹੈ ਇਹ ਉਸ ਵੱਡੀ ਸਾਜਿਸ਼ ਦਾ ਹਿੱਸਾ ਹੈ ਜਿਸ ਤਹਿਤ ਕੇਜਰੀਵਾਲ ਸਾਹਿਬ ਪੰਜਾਬ ਦੀ ਜਨਤਾ ਨੂੰ, ਪੰਜਾਬ ਦੀਆਂ ਪਾਰਟੀਆਂ ਨੂੰ ਆਪੋ ਦੇ ਵਿੱਚ ਪਾੜ ਕੇ ਅਤੇ SVL ਦਾ ਪੰਜਾਬ ਦਾ ਜਿਹੜਾ ਕੇਸ ਹੈ ਉਹ ਕਮਜ਼ੋਰ ਕਰਨਾ ਚਾਹੁੰਦੇ ਸੀ। ਔਰ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਉਸ ਸਾਜਿਸ਼ ਦਾ ਅੱਜ ਸ਼ਿਕਾਰ ਹੋਏ ਆ, ਉਸ ਕਹਾੜੀ ਦਾ ਦਸਤਾ ਬਣੇ ਆ ਜਿਹਦੇ ਨਾਲ ਅੱਜ ਵੱਡੀ ਨੁਕਸਾਨ ਜਿਹੜਾ ਉਹ ਪੰਜਾਬ ਨੂੰ, SVL ਦੇ ਸਾਡੇ ਕਲੇਮ ਨੂੰ, ਪੰਜਾਬ ਦੇ ਪਾਣੀਆਂ ਨੂੰ ਪਹੁੰਚਾਇਆ ਜਾ ਰਿਹਾ। ਇਸ ਤੋਂ ਵੱਡਾ ਜਿਹੜਾ ਜਲੂਸ ਕਿਸੇ ਗੱਲ ਦਾ ਕੀ ਨਿਕਲ ਸਕਦਾ ਕਿ ਅੱਜ ਕੋਈ ਮੇਜਰ ਪਾਰਟੀ ਪੰਜਾਬ ਦੀ ਉਹਦੇ ਵਿੱਚ ਸ਼ਾਮਿਲ ਨਹੀਂ ਹੋਈ। ਅੱਜ ਮੁੱਖ ਮੰਤਰੀ ਸਾਹਿਬ ਨੂੰ ਝੂਠ ਬੋਲਣ ਵਾਸਤੇ ਇੰਨਾ ਇਨਸਿਕਿਓਰ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਉਹਨਾਂ ਨੂੰ ਆਪਣੇ ਚਾਰ ਚੁਫੇਰੇ ਖੜ੍ਹੀ ਕਰਨੀ ਪੈ ਰਹੀ ਹੈ ਵੀ ਕਿਤੇ ਮੇਰੇ ਝੂਠ ਬੋਲਣ ਦੇ ਵਿੱਚ ਕੋਈ ਵਿਘਨ ਜਿਹੜਾ ਉਹ ਨਾ ਕੋਈ ਜਥੇਬੰਦੀ ਆ ਕੇ ਪਾ ਜਾਵੇ। ਅੱਜ ਉਹ ਮੁੱਖ ਮੰਤਰੀ ਜਿਹੜਾ ਆਪਣੇ ਆਪ ਨੂੰ ਪਾਪੂਲਰ ਮੁੱਖ ਮੰਤਰੀ ਕਹਿੰਦੇ ਸੀ, ਅੱਜ ਉਸ ਮੁੱਖ ਮੰਤਰੀ ਵੱਲੋਂ ਐਮਰਜੈਂਸੀ ਵਰਗੇ ਹਾਲਾਤ ਜਿਹੜੇ ਆ ਉਹ ਲੁਧਿਆਣੇ ਦੇ ਵਿੱਚ ਵੀ, ਪੰਜਾਬ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਪੈਦਾ ਕੀਤੇ ਗਏ ਆ। ਵੱਖ ਵੱਖ ਟ੍ਰੇਡ ਔਰਗਨਾਈਜੇਸ਼ਨਾਂ ਦੇ, ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਘਰਾਂ ਦੇ ਵਿੱਚ ਰੇਡ ਕਰਕੇ ਫੜਿਆ ਜਾ ਰਿਹਾ। ਜੇ ਕੋਈ ਲੁਧਿਆਣੇ ਆਪਣੀ ਗੱਲ ਰੱਖਣ ਵਾਸਤੇ ਪਹੁੰਚ ਰਿਹਾ ਉਹਨੂੰ ਰਸਤੇ ਦੇ ਵਿੱਚ ਫੜ ਕੇ ਥਾਣਿਆਂ ਦੇ ਵਿੱਚ ਬਿਠਾਇਆ ਜਾ ਰਿਹਾ। ਇੱਕ ਟੈਰਰ ਦਾ, ਦਹਿਸ਼ਤ ਦਾ ਮਾਹੌਲ ਜਿਹੜਾ ਔਰ ਇੱਕ ਤਰਫਾ ਜਿਹੜਾ ਮੀਡੀਆ ਮੈਨੇਜ ਕਰਕੇ ਅਤੇ ਜਿਹੜਾ ਪ੍ਰਭਾਵ ਜਿਹੜਾ ਮੁੱਖ ਮੰਤਰੀ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਮੈਂ ਸਮਝਦਾ ਕਿ ਪੰਜਾਬ ਦੀ ਜਨਤਾ ਇਹ ਸਾਰੀ ਇਹ ਸਾਜਿਸ਼ ਨੂੰ ਚੰਗੀ ਤਰ੍ਹਾਂ ਸਮਝਦੀ। ਔਰ ਮੁੱਖ ਮੰਤਰੀ ਸਾਹਿਬ ਤੁਹਾਨੂੰ ਜਵਾਬ ਦੇਣਾ ਪਏਗਾ ਕਿ ਜਦੋਂ ਪੰਜਾਬ ਨੂੰ ਇਕੱਠਿਆਂ ਕਰਨ ਦੀ ਲੋੜ ਸੀ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੋੜ ਸੀ, ਇਹ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਕਿ ਤੁਸੀਂ ਪੰਜਾਬ ਨੂੰ, ਪੰਜਾਬੀਆਂ ਨੂੰ ਆਪੋ ਵਿੱਚ ਪਾੜਨ ਦੇ ਵਿੱਚ, ਪਾਰਟੀਆਂ ਨੂੰ ਦੂਰ ਧੱਕਣ ਦੇ ਵਿੱਚ ਕੋਈ ਵੀ ਕਸਰ ਜਿਹੜੀ ਆ ਉਹ ਬਾਕੀ ਨਹੀਂ ਛੱਡੀ।